ਪੰਜਾਬ ਸਰਕਾਰ ਵੱਲੋਂ ਇੱਕ ਬੜਾ ਅਹਿਮ ਫੈਸਲਾ ਲਿਆ ਗਿਆ ਹੈ ਇਸ ਫੈਸਲੇ ਨੂੰ ਲੈ ਕੇ ਕੌਣ ਸਵਾਗਤ ਕਰਦਾ ਹੈ ਤੇ ਕੌਣ ਵਿਰੋਧ ਕਰਦਾ ਹੈ ਇਹ ਗੱਲ ਵੀ ਦੇਖਣ ਨੂੰ ਮਿਲ ਸਕਦੀ ਹੈ ਪਰ ਪੰਜਾਬ ਸਰਕਾਰ ਨੇ ਲੰਮੇ ਸਮੇਂ ਬਾਅਦ ਇੱਕ ਵੱਡਾ ਵਾਅਦਾ ਕੀਤਾ ਹੈ ਹਾਲਾਂਕਿ ਪਹਿਲਾਂ ਇਹ ਵਾਅਦਾ ਕੁਝ ਫੀਸਦੀ ਕੀਤਾ ਜਾਂਦਾ ਸੀ ਪਰ ਹੁਣ ਇਹ ਵਾਅਦਾ 100% ਦੀ ਤੱਕ ਦਰਜ ਕੀਤਾ ਗਿਆ ਹੈ ਇਹ ਵਾਅਦਾ ਕਿਹੜੀ ਗੱਲ 'ਚ ਹੋਇਆ ਪੰਜਾਬ ਦੀਆਂ ਜ਼ਮੀਨਾਂ ਦੇ ਕਲੈਕਟਰ ਰੇਟ 'ਚ ਵਾਅਦਾ ਮਾਲ ਮੰਤਰੀ ਬ੍ਰਹਮਸ਼ੰਕਰ ਜਿੰਪਾ ਕੀ ਕਹਿੰਦੇ ਨੇ ਔਰ ਨਾਲ ਹੀ ਮੁੱਖ ਮੰਤਰੀ ਭਗਵੰਤ ਮਾਨ ਦੀ ਸਰਕਾਰ ਦੇ ਦੌਰਾਨ ਇਹ ਕੀਤੇ ਗਏ ਵਾਅਦੇ ਦੇ ਸੰਦਰਭ ਦੇ ਵਿੱਚ ਤੁਹਾਡੇ ਨਾਲ ਹੀ ਖਬਰ ਸਾਂਝੀ ਕਰਦੇ ਆਂ ਦਰਅਸਲ ਪੰਜਾਬ ਸਰਕਾਰ ਨੇ ਜਿਹੜਾ ਇਹ ਵਾਅਦਾ ਕੀਤਾ ਉਸ ਦੇ ਵਿੱਚ ਸਾਫ਼ ਤੌਰ ਦੇ ਉੱਤੇ ਦਾਵਾ ਕੀਤਾ ਗਿਆ ਕਿ 1500 ਕਰੋੜ ਰੁਪਏ ਵਿੱਤੀ ਭਰੇ ਦੇ ਵਿੱਚ ਲਾਭ ਮਿਲਣਾ ਹੈ ਇਸ ਦੇ ਨਾਲ ਖਜ਼ਾਨਾ ਭਰੇਗਾ 1500 ਕਰੋੜ ਰੁਪਏ ਜ ਹੁਣ ਇਸ ਤੇ ਵੀ ਸਰਕਾਰ ਨੂੰ ਤਾਂ ਭਾਵੇਂ 1500 ਕਰੋੜ ਰੁਪਏ ਦਾ ਲਾਭ ਮਿਲ ਰਿਹਾ ਪਰ ਜਿਹੜੇ ਪ੍ਰਾਪਰਟੀ ਦਾ ਕੰਮ ਕਰਨ ਵਾਲੇ ਲੋਕ ਨੇ ਉਹਨਾਂ ਦੇ ਵਿੱਚ ਇਸ ਗੱਲ ਨੂੰ ਲੈ ਕੇ ਨਿਰਾਸ਼ਾ ਜ਼ਰੂਰ ਪਾਈ ਜਾ ਸਕਦੀ ਹੈ ਉਹ ਇਸ ਫੈਸਲੇ ਤੋਂ ਸ਼ਾਇਦ ਖੁਸ਼ ਨਾ ਹੋਣ ਕਿਉਂਕਿ ਇਸ ਦੇ ਨਾਲ ਕਾਫੀ ਜਿਹੜਾ ਜ਼ਮੀਨਾਂ ਦੀ ਖਰੀਦੋ-ਫਰੋਖਤ ਦਾ ਕੰਮ ਦੇ ਵਿੱਚ ਵੀ ਖੜੋਤ ਆ ਜਾਂਦੀ ਹੈ ਪੰਜਾਬ 'ਚ ਜ਼ਮੀਨਾਂ ਦੇ ਕਲੈਕਟਰ ਰੇਟ 'ਚ ਜਿਹੜਾ ਵਾਅਦਾ ਕੀਤਾ ਉਸ ਨੂੰ ਝਰੀ ਝੰਡੀ ਦੇ ਦਿੱਤੀ ਗਈ ਹੈ ਕਈ ਜ਼ਿਲ੍ਹਿਆਂ 'ਚ ਡਿਪਟੀ ਕਮਿਸ਼ਨਰ ਨੇ ਅਮਲ ਆਰੰਭ ਦਿੱਤਾ ਹੈ ਖਾਸ ਕਰਕੇ ਪਟਿਆਲਾ ਜ਼ਿਲ੍ਹਾ ਇਸ ਮਸਲੇ ਦੇ ਵਿੱਚ ਮੋਰੀ ਭੂਮਿਕਾ ਨਿਭਾਉਂਦਾ ਦਿਖਾਈ ਦੇ ਰਿਹਾ ਹੈ ਪੰਜਾਬ ਸਰਕਾਰ ਨੇ ਸੂਬੇ ਦੇ ਵਿੱਤੀ ਸਿਹਤ ਨੂੰ ਹੋਰ ਵੱਡਾ ਪਰਫੁੱਲਤ ਕਰਨ ਦੇ ਲਈ ਜ਼ਮੀਨਾਂ ਦੇ ਕਲੈਕਟਰ ਰੇਟ ਵਿੱਚ ਵੱਡਾ ਵਾਧਾ ਕਰਨ ਦਾ ਫੈਸਲਾ ਕਰ ਲਿਆ ਹੈ ਸੂਬੇ ਦੇ ਮਾਲ ਵਿਭਾਗੇ ਤੋਂ ਆਮਦਨੀ ਚ ਵਾਧੇ ਲਈ ਆਉਂਦੇ ਦਿਨਾਂ ਵਿੱਚ ਕਲੈਕਟਰ ਰੇਟ ਵਧਣਗੇ ਤੇ ਜ਼ਿਲ੍ਹਾ ਪਟਿਆਲਾ ਨੇ ਇਸ ਮਾਮਲੇ ਵਿੱਚ ਪਹਿਲ ਕਰ ਦਿੱਤੀ ਹੈ ਬਾਕੀ ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰਾਂ ਨੂੰ ਫੌਰੀ ਕਲੈਕਟਰ ਰੇਟਾਂ 'ਚ ਵਾਧੇ ਕਰਨ ਲਈ ਵੀ ਆਖ ਦਿੱਤਾ ਗਿਆ ਹੈ ਬੇਸ਼ੱਕ ਪ੍ਰਾਪਰਟੀ ਕਾਰੋਬਾਰੀਆਂ ਲਈ ਇਹ ਇੱਕ ਵੱਡਾ ਝਟਕਾ ਹੋ ਸਕਦਾ ਹੈ ਪਰੰਤੂ ਪੰਜਾਬ ਸਰਕਾਰ ਵਿੱਤੀ ਸਰੋਤ ਜਟਾਉਣ ਲਈ ਕਦਮ ਅੱਗੇ ਵਧਾਉਣਾ ਚਾਹੁੰਦੀ ਹੈ ਤੇ ਕਲੈਕਟਰ ਰੇਟਾਂ ਵਿੱਚ ਵਾਧੇ ਦਾ ਪਤਾ ਲੱਗਣ ਤੇ ਲੋਕਾਂ ਵਿੱਚ ਨਰਾਜ਼ਗੀ ਵੀ ਹੋ ਸਕਦੀ ਹੈ ਚਾਲੂ ਵਿੱਤੀ ਬਰੇ ਦੌਰਾਨ ਕਲੈਕਟਰੇਟਾਂ ਵਿੱਚ ਵੱਧ ਦੇ ਨਾਲ ਜਿੱਥੇ ਸਰਕਾਰੀ ਖਜ਼ਾਨੇ 'ਚ ਵੱਧੂ ਪੈਸਾ ਆਵੇਗਾ ਉੱਥੇ ਕਾਲੇ ਧੰਨ ਦੇ ਪਸਾਰ ਨੂੰ ਵੀ ਰੋਕਣ ਦੀ ਗੱਲ ਦਾ ਦਾਵਾ ਕੀਤਾ ਗਿਆ ਸੀਨੀਅਰ ਪੱਤਰਕਾਰ ਚਰਨਜੀਤ ਸਿੰਘ ਭੋਲਰ ਦੀ ਰਿਪੋਰਟ ਦੇ ਵਿੱਚ ਮਾਲ ਮਹਿਕਮੇ ਦੇ ਜਿਹੜੇ ਮੰਤਰੀ ਨੇ ਬ੍ਰਹਮਸ਼ੰਕਰ ਜਿੰਪਾ ਉਹਨਾਂ ਦਾ ਬਿਆਨ ਵੀ ਹੈ ਜਿਹੜਾ ਤੁਹਾਡੇ ਨਾਲ ਸਾਂਝਾ ਕਰ ਦਿੰਨੇ ਆ ਜਿਸ ਦੇ ਵਿੱਚ ਉਹਨਾਂ ਨੇ ਲਿਖਿਆ ਕਿ ਰਜਿਸਟਰੀਆਂ ਤੋਂ ਆਮਦਨ 71% ਦਾ ਵਾਧਾ ਹੋਇਆ ਹੈ ਏ ਜਿੰਪਾ ਦਾ ਦਾਅਵਾ ਪੰਜਾਬ ਦੇ ਮਾਲ ਮੰਤਰੀ ਬ੍ਰਹਮਸ਼ੰਕਰ ਜਿੰਪਾ ਨੇ ਦੱਸਿਆ ਕਿ ਪਿਛਲੇ ਮਹੀਨੇ ਸੂਬੇ ਚ ਜ਼ਮੀਨ ਜਾਇਦਾਦ ਦੀਆਂ ਰਜਿਸਟਰੀਆਂ ਤੋਂ ਹੋਣ ਵਾਲੀਆਂ ਵਾਲੀ ਆਮਦਨ ਵਿੱਚ ਰਿਕਾਰਡ 71% ਦਾ ਵਾਧਾ ਹੋਇਆ ਉਹਨਾਂ ਨੇ ਕਿਹਾ ਕਿ ਸੂਬੇ ਵਿੱਚ ਪ੍ਰਾਪਰਟੀ ਦੇ ਰੇਟ ਕਾਫੀ ਵਧ ਗਏ ਨੇ ਪਰੰਤੂ ਉਸ ਲਿਹਾਜ਼ ਨਾਲ ਕਲੈਕਟਰ ਰੇਟ ਨਹੀਂ ਵਧੇ ਸਨ ਉਹਨਾਂ ਨੇ ਕਿਹਾ ਕਿ ਹੁਣ ਕਲੈਕਟਰ ਰੇਟ ਵਧਾਏ ਜਾ ਰਹੇ ਨੇ ਤਾਂ ਜੋ ਪੰਜਾਬ ਸਰਕਾਰ ਦੇ مالیੇ ਵਿੱਚ ਹੋਰ ਵਾਧਾ ਹੋ ਸਕੇ ਉਹਨਾਂ ਨਾਲ ਹੀ ਵੀ ਜ਼ਿਕਰ ਕੀਤਾ ਕਿ ਲੋਕਾਂ ਨੂੰ ਪਾਰਦਰਸ਼ੀ ਸਾਫ਼ ਸੁਥਰੀਆਂ ਤੇ ਭ੍ਰਿਸ਼ਟਾਚਾਰ ਮੁਕਤ ਸੇਵਾਵਾਂ ਮਿਲੀਆਂ ਕਰਵਾਉਣਾ ਸਦਕਾ ਸੂਬੇ ਦੀ ਆਮਦਨ ਵਿੱਚ ਲਗਾਤਾਰ ਵਾਧਾ ਹੋ ਰਿਹਾ ਜਿੰਪਾ ਨੇ ਇਹ ਵੀ ਦਾਵਾ ਕੀਤਾ ਕਿ ਜਲਾਈ ਵਿੱਚ ਸਟੈਂਪ ਅਤੇ ਰਜਿਸਟ੍ਰੇਸ਼ਨ ਤੋਂ ਸਰਕਾਰ 463.8 ਕਰੋੜ ਰੁਪਏ ਦੀ ਆਮਦਨ ਹੋਈ ਸੀ ਜੋ ਪਿਛਲੇ ਸਾਲ ਨਾਲੋਂ 71% ਦੀ ਜ਼ਿਆਦਾ ਹੈ ਉਨ੍ਹਾਂ ਕਿਹਾ ਕਿ ਅਪ੍ਰੈਲ ਤੋਂ ਜਲਾਈ ਤੱਕ ਪੰਜਾਬ ਦੇ ਖਜ਼ਾਨੇ ਵਿੱਚ ਕੁੱਲ 1854.12 ਕਰੋੜ ਰੁਪਏ ਆਏ ਹਨ ਜਦ ਕਿ ਪਿਛਲੇ ਬਰੇ ਇਨ੍ਹਾਂ ਮਹੀਨਿਆਂ ਵਿੱਚ ਇਹ ਰਕਮ 1100 1468.87 ਕਰੋੜ ਰੁਪਏ ਸੀ ਮੰਤਰੀ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਕਿਸੇ ਵੀ ਅਫਸਰ ਨੂੰ ਰਿਸ਼ਵਤ ਨਾ ਦੇਣ ਹੁਣ ਇਸ ਮਾਮਲੇ ਦੇ ਵਿੱਚ ਜਿੱਥੇ ਤੱਕ ਰਿਸ਼ਵਤ ਨਾ ਦੇਣ ਦੀ ਅਪੀਲ ਕੀਤੀ ਜਾ ਰਹੀ ਹੈ ਹੁਣ ਜਿਹੜਾ ਵਾਅਦਾ ਕੀਤਾ ਗਿਆ ਇਸ ਬਾਰੇ ਅੱਗੇ ਕੀ ਜਾਣਕਾਰੀ ਮਿਲਦੀ ਹਾਲਾਂਕਿ ਵਿਸ਼ੇਸ਼ ਮੁਖ ਸਕੱਤਰ ਨੇ ਜਿਹੜੇ ਮਾਲ ਵਿਭਾਗਮੇ ਦੇ ਕੇ ਏ ਪੀ ਸਿਨਾ ਨੇ ਕਲੈਕਟਰ ਰੇਟਾਂ ਵਿੱਚ ਵਾਧੇ ਬਾਰੇ ਨੋਟੀਫਿਕੇਸ਼ਨ ਦੇ ਦੇਸ਼ ਦਿੱਤੇ ਨੇ ਕਈ ਜ਼ਿਲ੍ਹਿਆਂ ਵਿੱਚ ਡਿਪਟੀ ਕਮਿਸ਼ਨਰ ਨੇ ਕਲੈਕਟਰ ਰੇਟ ਵਿੱਚ ਵਾਧਾ ਕਰਨ ਵਾਸਤੇ ਪ੍ਰਕਿਰਿਆ ਆਰੰਭ ਦਿੱਤੀ ਹੈ ਖਾਸ ਕਰਕੇ ਜ਼ਿਲ੍ਹਾ ਪਟਿਆਲਾ ਦੀ ਗੱਲ ਹੋ ਰਹੀ ਹੈ ਆਮ ਤੌਰ ਤੇ ਕਲੈਕਟਰ ਰੇਟਾਂ ਵਿੱਚ ਵਾਧਾ 5 ਤੋਂ 10% ਦੀ ਤੱਕ ਹੀ ਹੁੰਦਾ ਸੀ ਪਰ ਪੰਜਾਬ ਸਰਕਾਰ ਦੇ ਕਲੈਕਟਰ ਰੇਟਾਂ 'ਚ ਕੀਤੇ ਗਏ ਵਾਧੇ ਦੇ ਨਾਲ ਇੱਕ ਗੱਲ ਸਾਹਮਣੇ ਨਿਕਲ ਕੇ ਆ ਰਹੀ ਹੈ ਕਿ ਇਹ ਜਿਹੜਾ ਵਾਧਾ ਹੈ ਉਹ ਕਈ ਥਾਵਾਂ ਤੇ 100% ਦੀ ਤੱਕ ਵੀ ਵਧਾ ਦਿੱਤਾ ਗਿਆ ਜ਼ਿਲ੍ਹਾ ਪਟਿਆਲਾ ਵਿੱਚ 100% ਦੀ ਤੱਕ ਕਲੈਕਟਰ ਰੇਟ ਵਧੇ ਨੇ ਬਾਕੀ ਜ਼ਿਲ੍ਹਿਆਂ ਨੂੰ ਵੀ ਪਟਿਆਲਾ ਮਾਡਲ ਅਪਣਾਉਣ ਲਈ ਆਖ ਦਿੱਤਾ ਗਿਆ ਵਿਸ਼ਾਲ ਵਜੋਂ ਪਟਿਆਲਾ ਦੇ ਪਿੰਡ ਲਹਿਲ ਵਿੱਚ ਵਾਹੀਯੋਗ ਜ਼ਮੀਨ ਦਾ ਕਲੈਕਟਰ ਰੇਟ 70 ਲੱਖ ਰੁਪਏ ਤੋਂ ਵੱਧ ਕੇ 1.5 ਕਰੋੜ ਰੁਪਏ ਪ੍ਰਤੀ ਹੋ ਗਿਆ ਜ਼ਮੀਨਾਂ ਦੇ ਰੇਟ ਤਾਂ ਵਧਣਗੇ ਵਧਣਗੇ ਇਹ ਹਾਈਸ਼ੀ ਖੇਤਰਾਂ ਵਿੱਚ ਕਲੈਕਟਰ ਰੇਟ ਵਿੱਚ ਘਟ ਵਾਧਾ ਕੀਤਾ ਗਿਆ ਪਟਿਆਲਾ ਦੀ ਨਿਊ ਲਾਲ ਬਾਕ ਕਲੋਨੀ ਵਿੱਚ ਕਲੈਕਟਰ ਰੇਟ 14300 ਰੁਪਏ ਪ੍ਰਤੀ ਗੱਜ ਤੋਂ ਵੱਧ ਕੇ ਹੁਣ 16000 ਰੁਪਏ ਪ੍ਰਤੀ ਗੱਜ ਕਰ ਦਿੱਤਾ ਗਿਆ ਬਰਾ 2024-25 ਦੇ ਬਜਟ ਵਿੱਚ ਮਾਲੀਏ ਵਿੱਚ 15 ਕਰੋੜ ਰੁਪਏ ਵਾਧਾ ਹੌਣ ਦੀ ਜਿਹੜੀ ਗੱਲ ਆਖੀ ਜਾ ਰਹੀ ਹੈ ਟੀਚਾ ਮਿੱਥਿਆ ਗਿਆ ਹੈ ਸਾਲ 2023-24 ਵਿੱਚ 4200 ਕਰੋੜ ਰੁਪਏ ਦਾ ਮਾਲੀਆ ਇਕੱਠਾ ਆਇਆ ਸੀ ਸੀਨੀਅਰ ਅਫਸਰਾਂ ਮੁਤਾਬਕ ਉਹ ਚਾਹੁੰਦੇ ਨੇ ਕਿ ਚਾਲੂ ਵਿੱਤੇ ਬਰੇ ਦੌਰਾਨ ਮਾਲੀਆ 6000 ਕਰੋੜ ਨੂੰ ਛੂ ਜਾਵੇਗਾ ਔਰ 1800 ਕਰੋੜ ਰੁਪਏ ਦਾ ਵਾਅਦਾ ਕਰਨ ਵਾਸਤੇ ਜ਼ੋਰ ਅਜਮਾਈ ਚਲਦੀ ਰਹੇਗੀ ਚਾਲੂ ਵਿੱਤੀ ਸਾਲ ਦੇ ਪਹਿਲੇ 4 ਮਹੀਨਿਆਂ ਵਿੱਚ April ਅਤੇ July ਦੇ ਵਿਚਕਾਰ ਸਟੈਂਪ ਡਿਊਟੀ ਤੇ ਰਜਿਸਟ੍ਰੇਸ਼ਨ ਦੇ ਰੂਪ ਵਿੱਚ 1854 ਕਰੋੜ ਰੁਪਏ ਇਕੱਠੇ ਹੋਏ March 2025 ਤੱਕ ਇਹ ਕਲੈਕਸ਼ਨ 6000 ਕਰੋੜ ਨੂੰ ਛੂ ਸਕਦੀ ਹੈ ਇਹ ਸਰਕਾਰ ਦੇ ਵੱਲੋਂ ਜਿਹੜੀਆਂ ਨੇ ਵਿਵੰਤਾ ਘੜੀਆਂ ਜਾ ਰਹੀਆਂ ਨੇ ਪੁਰਾਣਾ ਚੱਲਣ ਆ ਰਿਹਾ ਹੈ ਕਿ ਸਰਕਾਰਾਂ ਵੱਲੋਂ ਚੋਣਾ ਵਾਲੇ ਬਣਿਆਂ ਵਿੱਚ ਕਲੈਕਟਰ ਰੇਟ ਵਧਾਏ ਨਹੀਂ ਜਾਂਦੇ ਜਦੋਂ ਵੀ ਕਲੈਕਟਰ ਰੇਟ ਵਿੱਚ ਵਾਧਾ ਹੁੰਦਾ ਤਾਂ ਪ੍ਰਾਪਰਟੀ ਕਾਰੋਬਾਰੀ ਸਿੱਧੇ ਪ੍ਰਭਾਵਿਤ ਹੋ ਜਾਂਦੇ ਨੇ ਕਿਉਂਕਿ ਉਹ ਸਮਝਦੇ ਨੇ ਕਿ ਕਲੈਕਟਰ ਰੇਟ ਵਧਣ ਨਾਲ ਪ੍ਰਾਪਰਟੀ ਦੇ ਕਾਰੋਬਾਰ ਵਿੱਚ ਮੰਦਾ ਆ ਜਾਂਦਾ ਤੇ ਜ਼ਿਲ੍ਹਾ ਕਲੈਕਟਰ ਪਹਿਲਾਂ ਜ਼ਮੀਨਾਂ ਦੇ ਮਾਰਕੀਟ ਭਾਅ ਦਾ ਸਰਵੇਖਣ ਕਰਦੇ ਨੇ ਅਧਿਕਾਰੀਆਂ ਮੁਤਾਬਕ ਪੰਜਾਬ ਦੇ ਵੱਡੇ ਸ਼ਹਿਰਾਂ ਵਿੱਚ ਸੰਪਤੀ ਦੇ ਭਾਅ ਕਈ ਗੁਣਾ ਵਧ ਗਏ ਨੇ ਉਸ ਲਿਹਾਜ਼ ਦੇ ਨਾਲ ਕਲੈਕਟਰ ਰੇਟ ਨਹੀਂ ਵਧੇ ਸਾਨੂੰ ਉਹਨਾਂ ਦਾ ਮੰਨਣਾ ਹੈ ਕਿ ਬਾਦੂ مالیਏ ਦੇ ਨਾਲ ਨਾਲ ਕਾਲੇ ਰੋਕਣ ਦੀ ਇਸ ਦੇ ਨਾਲ ਨਾਲ ਕੋਸ਼ਿਸ਼ ਜਾਰੀ ਰਹੇਗੀ ਦੇਖਦੇ ਹਾਂ ਕਿ ਇਸ ਫੈਸਲੇ ਦੇ ਨਾਲ ਕਿੰਨਾ ਕੁ ਪ੍ਰਭਾਵ ਪੈਂਦਾ ਹੈ ਸਰਕਾਰੀ ਖਜ਼ਾਨਾ ਤਾਂ ਪਰਫੁੱਲਤ ਹੋ ਜਾਵੇਗਾ ਪਰ ਜਿਹੜੇ ਪ੍ਰਾਪਰਟੀ ਦਾ ਕਾਰੋਬਾਰ ਕਰਨ ਵਾਲੇ ਉਹ ਇਸ ਫੈਸਲੇ ਤੋਂ ਖੁਸ਼ ਹੁੰਦੇ ਨਹੀਂ ਕਿ ਨਜ਼ਰ ਨਾਰਾਜ਼ ਹੁੰਦੇ ਨੇ ਇਹ ਤੇ ਆਉਣ ਵਾਲੇ ਸਮੇਂ 'ਚ ਪਤਾ ਲੱਗੇਗਾ ਜਿਵੇਂ ਜਿਵੇਂ ਪੰਜਾਬ ਦੇ ਤਮਾਮ 23 ਜ਼ਿਲ੍ਹਿਆਂ ਦੇ ਵਿੱਚ ਕਲੈਕਟਰ ਰੇਟ ਦੇ ਵਾਅਦੇ ਦੇ ਮੁਤਾਬਕ ਪ੍ਰਕਿਰਿਆ ਸ਼ੁਰੂ ਵੀ ਜਾਵੇਗੀ ਇਸ ਦੇ ਨਾਲ ਜ਼ਮੀਨਾਂ ਦੇ ਭਾਅ ਹੋ ਰਸਮਾਨੀ ਹੋ ਸਕਦੇ ਨੇ ਵੱਧ ਸਕਦੇ ਨੇ ਕਿਉਂਕਿ ਇਸ ਦੇ ਨਾਲ ਕਲੈਕਟਰ ਰੇਟ ਦੇ ਵਿੱਚ ਕੋਈ 5 ਤੋਂ 10% ਦੀ ਨਹੀਂ ਬਲਕੇ 100% ਦੀ ਤੱਕ ਵੀ ਵਾਧਾ ਕਰ ਦਿੱਤਾ ਗਿਆ। ਤੁਹਾਡਾ ਇਸ ਫੈਸਲੇ ਦੇ ਬਾਰੇ ਕੀ ਮੰਨਣਾ ਹੈ? ਤੁਹਾਡੇ ਕੀ ਵਿਚਾਰ ਨੇ ਆਪਣੇ ਆਪਣੇ ਸੁਝਾਅ ਵੀ ਜਰੂਰ ਸਾਂਝੇ ਕਰਿਓ ਤੇ ਬਣੇ ਰਹੋ ABC ਪੰਜਾਬ ਦੇ ਨਾਲ।